ਤੁਸੀਂ ਆਈਫੋਨ ਲੈਂਦੇ ਹੋ? ਉਹ ਮੇਰੇ ਥੁੱਕ ਜਾਂਦਾ ਸੀ ਪਲੇਟ ਦੇ ਵਿੱਚ, ਤੇ ਉਹ ਮੈਂ ਸਿਆ ਮੈਂ ਦੈਟਸ ਵਾਈ ਸਟੇਟਸ ਜਿਹੜਾ ਹੈ ਉਹ ਦਿਖਾਉਂਦਾ ਹੈ ਸਟੇਟਸ ਆਈਫੋਨ ਮਨਾਉਂਦਾ ਹੈ ਲਾਈਕ ਔਨ ਵਟਸਐਪ ਇਨ ਜਿਮ ਇਨ ਮੀਟਿੰਗ ਹੇ ਦੇਅਰ ਆਈ ਐਮ ਯੂਜ਼ਿੰਗ ਵਟਸਐਪ ਐਪਲ ਐਂਡਰੋਇਡ ਐਪਲ ਆਈਫੋਨ ਚ ਤਿੰਨ ਕੈਮਰਾ ਨੇ ਹਾਂ ਇੱਕ ਨਹੀਂ ਹੈਗਾ ਦੋ ਨਹੀਂ ਹੈਗੇ ਤਿੰਨ ਹੈਗੇ ਕਈਆਂ ਦੇ ਦੋ ਹੈਗੇ ਨੇ ਤੁਹਾਨੂੰ ਅਪਗ੍ਰੇਡ ਕਰਨਾ ਪਊਗਾ ਐਂਡਰੋਇਡ ਚ ਦਿੱਕਤ ਨਹੀਂ ਆਉਂਦੀ ਐਂਡਰੋਇਡ ਚ ਐਕਸਟੈਂਡ ਮੇਰੇ ਕੋਲ ਹੈਗਾ ਐਂਡਰੋਇਡ ਹੈਗਾ ਮਤਲਬ ਇਹ ਤਾਂ ਸਿਰਫ ਫੋਨ ਸੁਣਨ ਨੇ ਐਂਡਰੋਇਡ ਚ ਫੋਟੋ ਖਿੱਚ ਲੈਣੇ ਫੋਟੋ ਉਹਦੇ ਚ ਕੀ ਸੌਰੀ ਜੀ ਸਤਿ ਸ਼੍ਰੀ ਅਕਾਲ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਨਿੱਘਾ ਸਵਾਗਤ ਹੈ ਸਾਡੇ ਇਸ ਇਰਰੈਲੀਵੈਂਟ ਪੋਡਕਾਸਟ ਦੇ ਅੰਦਰ ਅਤੇ ਫਿਰ ਤੋਂ ਇੱਕ ਵਾਰ ਮੇਰੇ ਨਾਲ ਇਸ ਪੋਡਕਾਸਟ ਦੇ ਅੰਦਰ ਹੈਗੇ ਨੇ ਹਾਏ ਰਾਏ ਐਕਸਕਿਊਜ਼ ਮੀ ਕਾਲ ਆਈ ਹੈ ਆਈਫੋਨ ਤੇ ਕਾਲ ਆਈ ਹੈ ਕਿਸੇ ਕੀ ਸੋਰੀ ਮੇਰੇ ਨਾਲ ਹੈਗੇ ਨੇ ਜੀ ਅਨਮੋਲ ਅਨਮੋਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅਤੇ ਸਾਡੇ ਨਾਲ ਹੈਗੇ ਨੇ ਜੀ ਓਮਿਕਾ ਹਾਏ ਓਮਿਕਾ When we lose key, then we are not able to open the locks and the key is very important. Tai, hard work jada hunda hai, oh kar kar ke jada tusi paisa kamaunde fir tusi kishta karande ho. Fir tusi taala lende ho, fir odhe vich key lagdi. Taala nahi lende ho, tusi iPhone lende ho. Aha. Sade kol sarya kol je iPhone hai, te aapa ajj khedange iPhone versus Android. Mainu lagda ki iPhone de vich na ek bada apna pan hai. ਬਿਲਕੁਲ ਜੀ ਬਿਲਕੁਲ ਮੈਂ ਤਾਂ ਆਪਦੇ ਆਪਣੇ ਫੋਨ ਨਾਲ ਅਵੇਅਰ ਹੈ ਹੀ ਨਹੀਂ ਸਕਦਾ ਜੀ ਐਕਚੁਅਲੀ ਨਾ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਮੇਰਾ ਥੋੜਾ ਜਿਹਾ ਸ਼ਕਲ ਥੋੜੀ ਜੀ ਐਵਰੇਜ ਤੋਂ ਥੱਲੇ ਹੈ ਤੇ ਮੈਂ ਕਿਵੇਂ ਰੈਸਟੋਰੈਂਟ ਤੇ ਜਾਣਾ ਹੈ ਇਦਾਂ ਨਾ ਕਹੋ ਮੈਂ ਰੈਸਟੋਰੈਂਟ ਤੇ ਜਾਣਾ ਤੇ ਉੱਥੇ ਮੈਂ ਵੇਟਰ ਦੇ ਸਾਹਮਣੇ ਆਪਣਾ ਫੋਨ ਰੱਖ ਦਿੰਦਾ ਟੇਬਲ ਤੇ ਤੇ ਉਹ ਮੇਰੇ ਨਾਲ ਇੱਜ਼ਤ ਨਾਲ ਗੱਲ ਕਰਦਾ ਹੈ ਮੈਂ ਪਹਿਲਾਂ ਐਂਡਰੋਇਡ ਯੂਜ਼ ਕਰਦਾ ਹੁੰਦਾ ਸੀ ਤੇ ਉੱਥੇ ਫਿਰ ਮੈਂ ਐਂਡਰੋਇਡ ਰੱਖਦਾ ਸੀ ਉਹ ਮੇਰੇ ਥੁੱਕ ਜਾਂਦਾ ਸੀ ਪਲੇਟ ਦੇ ਵਿੱਚ ਤੇ ਉਹ ਮੈਂ ਸਿਆ ਮੈਂ ਦੈਟਸ ਵਾਈ ਸਟੇਟਸ ਜਿਹੜਾ ਹੈ ਉਹ ਦਿਖਾਉਂਦਾ ਹੈ ਸਟੇਟਸ ਆਈਫੋਨ ਮਨਾਉਂਦਾ ਹੈ ਲਾਈਕ ਔਨ ਵਟਸਐਪ ਇਨ ਜਿਮ ਇਨ ਮੀਟਿੰਗ ਹੇ ਦੇਅਰ ਆਈ ਐਮ ਯੂਜ਼ਿੰਗ ਵਟਸਐਪ ਇਹ ਸਾਰੇ ਸਟੇਟਸ ਆਈਫੋਨ ਮਨਾਉਂਦਾ ਉਹ ਸਟੇਟਸ ਨਹੀਂ ਮੇਰੇ ਵਾਲਾ ਸਟੇਟਸ ਜਿਵੇਂ ਸਟੇਟਸ ਹਾਂ ਨਹੀਂ ਉਹ ਵਾਲਾ ਸਟੇਟਸ ਵੀ ਐਂਡਰੋਇਡ ਤੇ ਵੀ ਬਣ ਸਕਦਾ ਹੈ ਜੇ ਉਹ ਮਤਲਬ ਆਈਫੋਨ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਹਾਂ ਹਾਂ ਉਹ ਇਹਦੇ ਤੇ ਵੀ ਬਣ ਜਾ ਚਲੋ ਮੇਰੇ ਕੋਲ ਆਈਫੋਨ ਹੈਗਾ ਮੇਰੇ ਕੋਲ ਵੀ ਹੈਗਾ ਆਈਫੋਨ ਮੇਰੇ ਕੋਲ ਵੀ ਹੈਗਾ ਤੁਹਾਡੇ ਕੋਲ ਕਿਹੜਾ iPhone 14 status ਵੈਸੇ ਤੁਹਾਡੇ ਕੋਲ ਕਿਹੜਾ iPhone 30 ਮੇਰਾ ਜੀ 15 ਤੇ ਤੁਹਾਡਾ 13 ਦੇਖੋ ਜੀ iPhone ਨਾ ਪਰ ਮੇਰੇ ਕੋਲ 7 ਵੀ ਹੈਗਾ ਦੋ 7 ਹੈਗੇ ਇੱਕ 5 ਹੈਗਾ ਇੱਕ 4 ਹੈਗਾ 5 4 9 7 7 14 14 plus 9 is equal to 23 plus 13 is equal to 37 and I have iPhone 37 ਇਹਨਾਂ ਨੇ ਮੈਥਸ ਵੀ iPhone ਤੋਂ ਸਿੱਖੀ ਹੈ ਉਹਦੇ ਵਿੱਚ ਕੈਲਕੂਲੇਟਰ ਵੀ ਹੁੰਦਾ ਹੈ iPhone ਦੇ ਵਿੱਚ ਕੈਲਕੂਲੇਟਰ ਵੀ ਹੁੰਦਾ ਹੈ ਹਾਂਜੀ ਬਹੁਤ ਵਧੀਆ ਹੁੰਦੀ ਹੈ
ਫੋਟੋਜ਼ ਵਧੀਆ, ਇੱਕ ਫੋਟੋ ਖਿੱਚੋ ਜ਼ਰਾ ਇੱਕ। ਤੁਹਾਨੂੰ 15 ਲੈਣ ਚ ਕੋਈ ਦਿੱਕਤ ਨਹੀਂ ਹੋਈ ਵੈਸੇ? ਨਹੀਂ ਨਹੀਂ ਕੋਈ ਦਿੱਕਤ ਨਹੀਂ ਹੋਈ, ਮੇਰਾ ਪਹਿਲਾ ਫੋਨ ਹੈ, ਪਹਿਲਾ ਆਈਫੋਨ ਮੈਂ 15 ਹੀ ਲਿੱਤਾ ਤੇ ਮੈਂ ਲਿੱਤਾ ਵੀ ਨਾ ਪੀਅਰ ਪ੍ਰੈਸ਼ਰ ਚ। ਪੀਆਰ ਪਬਲਿਕ ਰਿਲੇਸ਼ਨ ਪ੍ਰੈਸ਼ਰ, ਦੇਖੋ ਪਬਲਿਕ ਰਿਲੇਸ਼ਨ ਵੀ ਆਈਫੋਨ ਮਨਾਉਂਦਾ ਆ। ਬਿਲਕੁਲ ਅਗਰੀ ਕਰਦੀ ਆ ਜੀ, ਇਹੀ ਪ੍ਰੋਬਲਮ ਸੀਗੀ, ਲੋਕੀ ਆਪਸ ਦੇ ਵਿੱਚ ਏਅਰ ਡ੍ਰੌਪ ਕਰ ਰਿਹਾ ਜੀ ਫੋਟੋਆਂ। ਮੈਨੂੰ ਲੱਗਿਆ ਪਤਾ ਨਹੀਂ ਫੋਟੋਆਂ ਕਿੱਥੇ ਹਵਾ 'ਚ ਉੱਡ ਰਹੀਆਂ ਨੇ, ਡ੍ਰੌਪ ਹੋ ਰਹੀਆਂ ਨੇ, ਮੈਨੂੰ ਨਹੀਂ ਪਤਾ ਨਵੀਂ ਟੈਕਨੋਲੋਜੀ ਦਾ, ਫਿਰ ਮੈਨੂੰ ਆਈਫੋਨ ਲੈਣਾ ਪਿਆ ਯਾਰ। ਤੇ ਤੁਸੀਂ ਆਪਣੀ ਕਿਡਨੀ ਵੀ ਵੇਚ ਸਕਦੇ ਹੋ, ਦੋ ਕਿਡਨੀਆਂ ਹੁੰਦੀਆਂ। ਹਾਂ, ਕਿੰਨੀ ਇੰਪੋਰਟੈਂਸ ਤੇ ਇੱਕ ਕਿਡਨੀ ਰਹਿ ਜਾਂਦੀ ਤੁਹਾਡੇ ਕੋਲ? ਹੁਣ ਕਿੰਨੀਆਂ ਨੇ? ਦੋ ਹੀ ਹੈਗੀਆਂ ਨੇ ਨਾ, ਮੈਂ ਕਿਸੇ ਹੋਰ ਦੀ ਵੇਚਦੀ ਸੀ। ਓਹ, ਇਹ ਵੀ ਆਪਸ਼ਨ ਚੰਗਾ ਰਹਿੰਦਾ ਹੈ ਵੈਸੇ ਨਾ, ਆਪਣੇ ਆਪਣੇ ਆਪ ਨੂੰ ਤਕਲੀਫ ਦਿੰਦਾ ਕਦੇ ਵੀ ਆਈਫੋਨ ਨਾ ਦੂਜੇ ਬੰਦੇ ਨੂੰ। ਤੇ ਕਲੇਸ਼ ਵੀ ਪੂਰਾ ਰਹਿੰਦਾ ਹੈ ਘਰ 'ਚ ਕਿ ਆਈਫੋਨ ਚਾਹੀਦਾ ਹੈ। ਹਾਂ, ਤੇ ਪੈਸੇ ਵੀ ਚਾਹੀਦੇ ਹੈ। ਹਾਂ, ਤੁਹਾਡਾ ਵੇਟ ਨੀ ਵਧਣ ਦਿੰਦੀਆਂ ਉਹ। ਬਿਲਕੁਲ ਸਹੀ ਤੁਹਾਡੀ ਗੱਲ। ਔਰ ਜੋ ਟੈਨਸ਼ਨ ਹੋ ਜਾਂਦੀ ਲੋਨ ਲੈ ਕੇ, ਉਹ ਵੀ ਤੁਹਾਡਾ ਵੇਟ ਨੀ ਵਧਣ ਦਿੰਦੀਆਂ। ਬਿਲਕੁਲ ਸਹੀ, ਸੇਵਿੰਗ ਬਹੁਤ ਕਰਾਂਦਾ, ਤੁਹਾਨੂੰ ਪਤਾ ਕਿ ਲੱਖ ਡੇਢ ਲੱਖ ਤੋਂ ਥੱਲੇ ਆਣਾ ਨੀ, ਫਿਰ ਤੁਸੀਂ ਸੇਵਿੰਗ ਕਰਨਾ ਸਿੱਖ ਜਾਂਦੇ। ਔਰ ਤੁਹਾਨੂੰ ਖਰਚਾ ਘੱਟ ਕਰਨਾ ਸਿਖਾਉਂਦਾ, ਕਿਉਂਕਿ ਲੋਨ ਦੀ EMI ਦਿੰਦੇ ਦਿੰਦੇ ਤੁਹਾਡੀ, ਸਮਝ ਰਹੇ ਹੋ, ਹਾਂਜੀ ਹਾਂਜੀ ਹਾਂਜੀ, ਸੈਲਰੀ ਬਚਦੀ ਨਹੀਂ ਜੇਬ 'ਚ, ਤਾਂ ਫਿਰ ਤੁਸੀਂ ਆਪਣੇ ਆਪ ਹੀ ਖਰਚਾ ਘੱਟ ਕਰ ਲੈਂਦੇ ਹੋ। ਮੈਂ ਠੀਕ ਕਹਿ ਰਿਹਾ ਵੀ? ਹਾਂਜੀ ਬਿਲਕੁਲ ਠੀਕ ਕਹਿ ਰਹੇ ਹੋ ਜੀ, ਤੁਹਾਡੀ ਮੈਂ ਬਹੁਤ, ਮੈਂ ਵੱਡਾ ਫੈਨ ਹਾਂ ਤੁਹਾਡਾ। ਥੈਂਕ ਯੂ ਜੀ, ਥੈਂਕ ਯੂ। ਦੇਖੋ ਦੰਦ ਖਰਾਬ ਹੋ ਜਾਂਦੇ ਨੇ, ਐਂਡਰੋਇਡ ਰੱਖੋ ਤਾਂ ਦੰਦ ਖਰਾਬ ਹੋ ਜਾਂਦੇ ਨੇ। ਆਈਫੋਨ ਨੂੰ ਦੇਖ ਕੇ ਲੋਕੀ ਕਾਪੀ ਬਹੁਤ ਕਰਦੇ, ਐਂਡਰੋਇਡ ਨੇ ਬੜਾ ਕਾਪੀ ਕੀਤਾ ਇਹਨੂੰ, ਪਹਿਲਾਂ FM ਰੇਡੀਓ ਹੁੰਦਾ ਸੀ ਜੀ ਐਂਡਰੋਇਡ, ਆਈਫੋਨ ਦੇ ਵਿੱਚ ਨਹੀਂ ਹੁੰਦਾ ਸੀ, ਹੁਣ ਤੋਂ ਨਾ ਚ ਹੈ ਨਹੀਂ, ਐਂਡਰੋਇਡ ਚ ਵੀ ਹੈ ਨਹੀਂ। ਆਪਣੇ ਆਪ ਨਹੀਂ ਪਤਾ ਕਿਆ ਬੋਲਦੇ ਵੀਰ, ਆਪਣੇ ਆਪ ਦਾ ਨੀ ਪਤਾ ਜੀ, ਆਪ ਦਾ ਨੀ ਪਤਾ ਕੀ ਹੈ ਸਾਡੇ ਕੋਲ, ਆਪਣੇ ਗਰਬਾਨ ਚ ਨੀ ਪਤਾ ਜੀ ਕੀ ਪਿਆ ਉਹਦੇ ਫੋਨ ਚ, ਕਿੰਨੇ ਕੈਮਰੇ ਹੈਗੇ। ਮੈਂ ਕਵਰ ਵੀ ਇਨਵਿਜ਼ੀਬਲ ਰੱਖਦੀ ਹਾਂ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਮੈਂ ਆਈਫੋਨ ਖਰੀਦਾ ਹੈ। ਦਿਸ ਇਜ਼ ਨਾਟ ਇਨਵਿਜ਼ੀਬਲ, ਦਿਸ ਇਜ਼ ਟ੍ਰਾਂਸਪੇਰੈਂਟ, ਜਸਟ ਲਾਈਕ ਮਾਈ ਹਾਰਟ। ਮੈਂ ਕਵਰ ਵੀ ਟ੍ਰਾਂਸਪੇਰੈਂਟ ਰੱਖਦੀ ਹਾਂ। ਹਾਂ, ਗੁੱਡ। ਜਿਹੜੇ ਆਈਫੋਨ ਦੇ ਜਿਹੜੇ ਕਲਰਸ ਹੈ ਨਾ, ਉਹ ਮਤਲਬ ਐਂਡਰੋਇਡ ਦੇ ਵਿੱਚ ਆਉਂਦੇ ਹੀ ਨਹੀਂ ਹੈ ਨਾ, ਮਤਲਬ ਤੁਸੀਂ ਦੇਖੋ ਵੀ ਸਾਰੇ ਡਿਫਰੈਂਟ ਕਲਰਸ ਹੁੰਦੇ ਹੈ ਨਾ, ਉਹ ਐਂਡਰੋਇਡ ਦੇ ਵਿੱਚ ਆਉਂਦੇ ਨਹੀਂ, ਉਹ ਚਲੇ ਜਾਂਦੇ। ਓਹੋ, ਮੈਮਰੀ ਫੁੱਲ ਹੋ ਗਈ। ਐਂਡਰੋਇਡ ਚ ਦਿੱਕਤ ਨਹੀਂ ਆਉਂਦੀ ਹੈ? ਐਂਡਰੋਇਡ ਚ ਐਕਸਟੈਂਡ ਕਰ, ਮੇਰੇ ਕੋਲ ਹੈਗਾ ਐਂਡਰੋਇਡ, ਹੈਗਾ ਮਤਲਬ ਇਹ ਤਾਂ ਸਿਰਫ ਫੋਨ ਸੁਣਨ ਨੇ, ਐਂਡਰੋਇਡ ਚ ਫੋਟੋ ਖਿੱਚ ਲੈਣੇ, ਫੋਟੋ ਉਹਦੇ ਚ ਖਿੱਚ ਲੈਣੇ। ਹਾਂਜੀ, ਵੈਸੇ ਮੇਰੇ ਫੋਨ ਚ ਵੀ ਖਿੱਚ ਸਕਦੇ ਆ, ਹੈ ਇੱਕ ਵਾਰੀ ਟਰਾਈ ਕਰਦੇ। ਹਾਂਜੀ, ਮੈਮਰੀ ਬਹੁਤ ਚੰਗਾ ਹੁੰਦਾ ਜੀ ਇਹਦਾ, ਐਂਡਰੋਇਡ ਚ ਨੀ ਕਿਡਨੀ ਵੇਚਣੀ ਪੈਂਦੀ ਜੀ, ਬਟ ਆਈਫੋਨ ਬੈਸਟ ਹੈ।
ਆਈਫੋਨ ਬੈਸਟ ਹੈ। ਹੈਲੋ ਸੋਨੂ, ਤੇ ਦੋ ਸਿਮ ਵੀ ਹੁੰਦੇ ਨੇ, ਐਂਡਰੋਇਡ ਕਿਹੜਾ ਬੈਸਟ ਚੱਲਿਆ ਵਾ ਮਾਰਕੀਟ ਚ? ਮੇਰੇ ਲਈ ਪੁੱਛੋ ਜ਼ਰਾ, ਮੇਰਾ ਬਜਟ 20,000 ਰੁਪਏ ਹੈ। ਮੇਰੇ ਲਈ ਵੀ ਇੱਕ ਸੈਕਿੰਡ ਹੈਂਡ ਮੈਨੂੰ ਵੀ ਚਾਹੀਦਾ ਹੋਊਗਾ, ਜਿਹੜਾ ਮੈਂ ਮਨ ਨੂੰ ਦੇਖਾਂ ਜ਼ਰਾ। ਮੈਨੂੰ ਵੀ ਸਪੇਸ ਚਾਹੀਦੀ ਹੈ ਐਂਡਰੋਇਡ ਵਾਸਤੇ। ਬੁਆਏਫ੍ਰੈਂਡ ਤੋਂ ਸਪੇਸ ਚਾਹੀਦੀ ਹੈ।